इतने मेहनत करो कमाई करो पर जाके आपका रहो पंजाब ਜਿਹੜੀ ਆਪਦੀ ਹੋਮ ਕੰਟਰੀ ਆ ਗਈ ਵੀ ਉੱਥੇ ਨਾ ਛੱਡ ਕੇ ਆਓ ਆਪਣੇ ਆਪ ਲਈ ਤਾਂ ਟਾਈਮ ਹੀ ਨਹੀਂ ਨਿਕਲਦਾ ਜਦੋਂ ਛੁੱਟੀ ਹੁੰਦੀ ਆ ਉਧਰ ਨਹੀਂ ਨਿਕਲਦਾ ਆ ਉਹ ਵੀ ਸੌਣ ਤੋਂ ਬਾਅਦ ਵਰਕ ਦੇ ਨਾਲ ਨਾਲ ਆਪਣੀ ਸਟੱਡੀ ਲਾਈਫ ਨੂੰ ਵੀ ਬੈਲੈਂਸ ਕਰਨਾ ਪੈਂਦਾ ਆ ਤਾਂ ਉਸ ਕਰਕੇ ਸਾਡੇ ਤੋਂ ਮਤਲਬ ਕਿ ਪ੍ਰੋਪਰ ਬੈਲੈਂਸ ਨਹੀਂ ਹੁੰਦਾ ਇਸ ਕਰਕੇ ਸਾਨੂੰ ਕਾਫੀ ਸਟ੍ਰੈਸਫੁਲ ਲੱਗਦੀ ਹੈ ਸਾਡੀ ਸਟੂਡੈਂਟ ਲਾਈਫ ਤੁਹਾਡੀ ਕੈਨੇਡਾ ਦੇ ਵਿੱਚ ਲਾਈਫ ਕਿਵੇਂ ਦੀ ਚੱਲਦੀ ਹੈ ਸਟਰਗਲ ਹੈ ਜਾਂ ਫਿਰ ਪੀਸਫੁਲ ਹੈ ਨਹੀਂ ਹਜੇ ਤੱਕ ਤੇ ਤੁਹਾਨੂੰ ਵੀ ਪਤਾ ਜਿਹੜਾ ਸਟੂਡੈਂਟ ਹੁੰਦਾ ਹੈਗਾ 2 ਸਾਲ ਤੋਂ ਦੀ ਸਟਰਗਲ ਹੀ ਚੱਲਦੀ ਹੈ ਫਿਰ ਵਰਕ ਪਰਮਿਟ ਤੱਕ ਵੀ ਅਗਲਾ ਸਟਰਗਲ ਕਰਦਾ ਵੀ ਚੱਲ ਹੁਣ ਜੇ ਫੀਸ ਬਚਦੀ ਆ ਤਾਂ ਚਾਰ ਛਿਲੜ ਜੋੜ ਵੀ ਲਈਏ ਹਨਾ ਕਿਉਂਕਿ ਵਰਕ ਪਰਮਿਟ ਤੱਕ ਵੀ ਸਟਰਗਲ ਹੀ ਆ ਜਿੰਨਾ ਚਿਰ ਬੰਦੇ ਦੇ ਪੱਬ ਨਹੀਂ ਲੱਗਦੇ ਇੱਥੇ ਬੰਦਾ ਪੀਆਰ ਨਹੀਂ ਹੁੰਦਾ ਵਿਆਹ ਨਹੀਂ ਹੁੰਦਾ ਉਹ ਕਦੋਂ ਦੋ ਪਾਰਟਨਰ ਹੋ ਜਾਂਦੇ ਕਮੋਲ ਜਾਂ ਜਿੰਨਾ ਟਾਈਮ ਬੰਦੇ ਕਿਤੇ ਫੈਮਿਲੀ ਨਹੀਂ ਆਉਂਦੀ ਉਹਨਾਂ ਦਾ ਸਟਰਗਲ ਹੀ ਆ ਜੀ ਜਿਵੇਂ ਹੁਣ ਕਿਸੇ ਫੈਮਿਲੀ ਦੇ ਵਿੱਚ ਇੱਕ ਬੰਦਾ ਆਇਆ ਹਨਾ ਪਹਿਲਾਂ ਉਹ ਪਹਿਲਾਂ ਆਇਆ ਤੇ ਫੈਮਿਲੀ ਜਿਹੜਾ ਕੈਨੇਡਾ ਆਇਆਗਾ ਉਹਨੇ ਆਪਦੀ ਅੱਗੋਂ ਵਾਲੀ ਜਨਰੇਸ਼ਨ ਵੀ ਸੈੱਟ ਕਰਨੀ ਆਪਦੀ ਫੈਮਿਲੀ ਵੀ ਸੈੱਟ ਕਰਨੀ ਉਹਦੇ ਵਾਸਤੇ ਤਾਂ ਇੱਕ ਪੀੜ੍ਹੀ ਤਾਂ ਸਟਰਗਲ ਕਰੂਗੀ ਅਗਲੀ ਚਲ ਜਨਰੇਸ਼ਨ ਅਗਲੇ ਦੀ ਜਿਵੇਂ ਅਗਲੇ ਦੇ ਜਵਾਕ ਹੋ ਗਏ ਹੋਰ ਹੋ ਗਏ ਉਹ ਚਲੋ ਥੋੜੀ ਰਿਲੈਕਸਿੰਗ ਹੋ ਜਾਂਦੀ ਅਗਲੇ ਦੀ ਲਾਈਫ ਹਨਾ ਪਰ ਹੁਣ ਤੱਕ ਤਾਂ ਸਟਰਗਲ ਹੀ ਚੱਲ ਰਹੀ ਹੈ ਲਾਈਫ ਤਾਂ ਮਤਲਬ ਚੱਲ ਹੀ ਆਂਦੀ ਆ ਕੰਮ ਦੇ ਨਾਲ ਕਾਲਜ ਮੈਨੇਜ ਕਰਨਾ ਸਪੈਸ਼ਲੀ ਸ਼ੈਰਡਨ ਕਾਲਜ ਇਹ ਥੋੜਾ ਔਖਾ ਹਾਂਜੀ ਕਿਉਂਕਿ ਆਉਰੇ ਅਗਰ ਆਪਾਂ ਦੇਖੀਏ ਤਾਂ ਅਸਾਈਨਮੈਂਟਸ ਵੀ ਮੈਨੇਜ ਕਰਨੀਆਂ ਆ ਐਗਜ਼ਾਮਸ ਵੀ ਦੇਖਣੇ ਆ ਉਦੋਂ ਆਪਾਂ ਕੋਈ ਲੈਕਚਰ ਵੀ ਨਹੀਂ ਛੱਡ ਸਕਦੇ ਤੇ ਉਦੋਂ ਕੰਮ ਤੇ ਵੀ ਜਾਣਾ ਜ਼ਰੂਰੀ ਆ ਕਿਉਂਕਿ ਜੇ ਆਪਾਂ ਸ਼ਿਫਟ ਤੋਂ ਛੁੱਟੀ ਲੈ ਲੈਣੀ ਆ ਫਿਰ ਅਗਲੇ ਦਿਨ ਹੀ ਨਹੀਂ ਪਤਾ ਅਗਲੇ ਬੁਲਾਉਣਗੇ ਕਿ ਨਹੀਂ ਬੁਲਾਉਣਗੇ ਸੋ ਇਹ ਚੀਜ਼ ਤੇ ਬਹੁਤ ਡਿਪੈਂਡ ਕਰਦਾ ਸੋ ਆਈ ਥਿੰਕ ਸੋ ਕਿ ਇਸ ਟਾਈਮ ਤਾਂ ਸਟਰਗਲ ਹੀ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ ਲਾਈਫ ਸੋ ਫਾਰ ਸੋ ਗੁੱਡ ਚੱਲ ਰਹੀ ਆ ਸਟਰਗਲ ਤਾਂ ਹੈ ਬਟ ਆਫਟਰ ਆਲ ਦਿਸ ਸਟਰਗਲ ਸਾਰਾ ਕੁਝ ਵਰਥ ਹੋਗਾ ਆਮ ਇਟਸ ਪੀਸਫੁਲ ਯਾ ਬਿਕਾਜ਼ ਮੈਂ ਇੰਡੀਆ ਸੇ ਆਇਆ ਤਾਂ ਇਹੀ ਸੋਚ ਕੇ ਆਇਆ ਤਾਂ ਲਾਈਕ ਜੋ ਵੀ ਮੈਂ ਯਹਾਂ ਪੇ ਐਕਸਪੈਕਟ ਕਰ ਸਕਦਾ ਹਾਂ ਐਂਡ ਵੈਸਾ ਹੀ ਹੋ ਰਹਾ ਹੈ कॉलेज आई गेस थोड़ा सा टफ है यहाँ पे एंड बाकी सब पीसफुल है फिलहाल तो स्ट्रगल ही चल रहा है क्योंकि आप स्टूडेंट है तो आप स्टडी भी मैनेज करनी पैंती है तो काम भी देखना पैंता है तो काम बहुत घट है इतने उधर के काफ़ी स्ट्रगल हो रहा है फिलहाल असी तो स्टूडेंट हाँ जिमें तो फिलहाल तो साड़ी लाइफ काफ़ी स्ट्रैसफुल चलती है क्योंकि एज अ स्टूडेंट आपां नूं मतलब कि वर्क के नाल नाल अपनी स्टडी लाइफ नूं भी बैलेंस करना पैंता है तो उस करके साडे तों मतलब कि ਪ੍ਰੋਪਰ ਬੈਲੈਂਸ ਨਹੀਂ ਹੁੰਦਾ ਇਸ ਕਰਕੇ ਸਾਨੂੰ ਕਾਫੀ ਸਟ੍ਰੈਸਫੁਲ ਲੱਗਦੀ ਹੈ ਸਾਡੀ ਸਟੂਡੈਂਟ ਲਾਈਫ ਸੋ ਤੁਹਾਡਾ ਕਿੰਨਾ ਟਾਈਮ ਜੌਬ ਤੇ ਸਟੱਡੀ ਦੇ ਵਿੱਚ ਨਿਕਲ ਜਾਂਦਾ ਐਂਡ ਕਿੰਨਾ ਟਾਈਮ ਤੁਹਾਨੂੰ ਆਪਣੀ ਪਰਸਨਲ ਐਕਟੀਵਿਟੀਜ਼ ਲਈ ਮਿਲਦਾ ਬਹੁਤ ਜਿੱਦਾਂ ਕਿ ਤੁਸੀਂ ਲਾ ਲਓ ਵੀ ਕਲਾਸਿਸ ਹੁੰਦੀਆਂ ਨੇ ਕਾਲਜ ਆ ਜਾਈਦਾਗਾ ਕੰਮ ਤਾਂ ਤੁਹਾਨੂੰ ਪਤਾ ਹੁਣ ਤੱਕ ਇੱਥੇ ਹੈ ਨਹੀਂ ਹਜੇ ਤੱਕ ਤਾਂ ਇੰਨਾ ਮਤਲਬ ਪਹਿਲਾਂ ਸੀਗਾ 2-3 ਮਹੀਨੇ ਫਿਰ ਪਾਰਟ ਟਾਈਮ ਕਰਕੇ ਅਗਲਾ ਫਾਇਰ ਕਰ ਦਿੰਦਾ ਨਾ ਵੀ ਚੱਲ ਫੁੱਲ ਟਾਈਮ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਇੱਥੇ ਉਹ ਤਾਂ ਵੈਸੇ ਆਪਦੇ ਵਾਸਤੇ ਬਹੁਤ ਟਾਈਮ ਮਿਲ ਜਾਂਦਾ ਬਸ ਕਾਲਜ ਵੀ ਆਪਦਾ ਹੀ ਹੁੰਦਾ ਹੈਗਾ ਤੇ ਕਾਲਜ ਤੋਂ ਬਾਅਦ ਵੀ ਆਪਦੀ ਲਾਈਫ ਆ ਗਈ ਕੋਈ ਦਿੱਕਤ ਨਹੀਂ ਕਾਲਜ ਆਲਮੋਸਟ ਈਵਨਿੰਗ ਤੱਕ ਹੁੰਦਾ ਤੇ ਨਾਈਟ ਸ਼ਿਫਟਸ ਹੁੰਦੀਆਂ ਤਾਂ ਪਰਸਨਲ ਲਾਈਫ ਇੱਥੇ ਬਿਲਕੁਲ ਹੀ ਜ਼ੀਰੋ ਹੈ ਸਾਰੀ ਸਿਰਫ ਸਟੱਡੀ ਐਂਡ ਵਰਕ ਦੇ ਵਿੱਚ ਹੀ ਟਾਈਮ ਨਿਕਲ ਜਾਂਦਾ ਆਪਣੇ ਆਪ ਲਈ ਤਾਂ ਟਾਈਮ ਹੀ ਨਹੀਂ ਨਿਕਲਦਾ ਜਦੋਂ ਛੁੱਟੀ ਹੁੰਦੀ ਆ ਉਧਰ ਨਹੀਂ ਨਿਕਲਦਾ ਆ ਉਹ ਵੀ ਸੌਣ ਤੋਂ ਬਾਅਦ ਬੇਸਿਕਲੀ ਪਹਿਲਾਂ ਜੋਬ ਮਿਲਦੀ ਨਹੀਂ ਹੈਗੀ ਜੇ ਮਿਲਦੀ ਤਾਂ ਆਪਣੀ ਸਟੱਡੀ ਕੰਪਰੋਮਾਈਜ਼ ਕਰਨੀ ਪੈਂਦੀ ਜਿੱਦਾਂ ਰਾਤ ਦੀ ਸ਼ਿਫਟ ਲਾ ਲਈ ਤਾਂ ਦਿਨੇ ਆ ਕੇ ਫਿਰ ਕਾਲਜ ਨਹੀਂ ਲੱਗਦਾ ਉਹ ਵੀ ਸੌਣਾ ਹੁੰਦਾ ਕਲਾਸਾਂ ਵਿੱਚ ਆ ਕੇ ਹਾਂਜੀ ਤਾਂ ਜ਼ਿਆਦਾ ਟਾਈਮ ਇੱਦਾਂ ਨਿਕਲ ਜਾਂਦਾ ਜਿਹਦੇ ਕਰਕੇ ਮੈਨੇਜ ਕਰਨਾ ਬੜਾ ਔਖਾ ਹੋ ਜਾਂਦਾ ਓਕੇ ਸੋ ਮਤਲਬ ਤੁਹਾਨੂੰ ਆਪਣੀ ਪਰਸਨਲ ਲਾਈਫ ਲਈ ਟਾਈਮ ਨਹੀਂ ਮਿਲ ਰਿਹਾ ਜ਼ਿਆਦਾ ਇੱਥੇ ਆ ਕੇ ਤਾਂ ਮਤਲਬ ਪਰਸਨਲ ਲਾਈਫ ਵਾਸਤੇ ਤਾਂ ਟਾਈਮ ਨਹੀਂ ਨਿਕਲ ਰਿਹਾ ਸਾਡੇ ਕੋਲੋਂ ਕਿਉਂਕਿ ਸਾਡਾ ਕੰਮ ਵੀ ਹੁੰਦਾ ਆ ਤਾਂ ਉਹਦੇ ਨਾਲ ਨਾਲ ਸਾਡੇ ਕੋਲ ਸਟੱਡੀ ਦਾ ਵੀ ਮਤਲਬ ਕਾਫੀ ਸਟ੍ਰੈਸ ਹੁੰਦਾ ਆ ਸਾਡੇ ਤੇ ਫਿਰ ਇਸ ਕਰਕੇ ਸਾਡੇ ਤੋਂ ਮਤਲਬ ਬਿਲਕੁਲ ਟਾਈਮ ਨਹੀਂ ਨਿਕਲਦਾ ਆਪਦੀ ਪਰਸਨਲ ਲਾਈਫ ਵਾਸਤੇ ਈਵਨ ਕਈ ਵਾਰ ਤਾਂ ਇਦਾਂ ਹੁੰਦਾ ਕਿ ਸਾਡੇ ਆਪਦੇ ਪੇਰੈਂਟਸ ਨਾਲ ਗੱਲ ਕਰਨ ਦੇ ਵਿੱਚ ਵੀ ਮਤਲਬ ਕਿ ਇੱਕ ਇੱਕ ਦਿਨ ਨਿਕਲ ਜਾਂਦਾ ਆ ਈਵਨ ਉਹ ਸਾਨੂੰ ਫੋਨ ਕਰਦੇ ਰਹਿੰਦੇ ਸਾਡਾ ਟਾਈਮ ਹੀ ਨਹੀਂ ਨਿਕਲਦਾ ਮੈਂ ਅਭੀ ਤੋਂ ਲਾਈਕ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੋਇਆ 5-6 ਮਹੀਨੇ ਹੋਏ ਕੈਨੇਡਾ ਹੈ ਔਰ ਮੈਂ ਮੋਸਟਲੀ ਕਾਲਜ ਵਿੱਚ ਤਾਂ ਪੜ੍ਹਦਾ ਹਾਂ ਦੈਟ ਇਜ਼ 2 ਘੰਟੇ ਕਲਾਸ ਲਗਾਤਾ ਹੂੰਗਾ ਉਤਨਾ ਹੀ ਮੈਂ ਸਟੱਡੀਜ਼ ਕੋ ਟਾਈਮ ਦੇਤਾ ਹੂੰ ਘਰ ਜਾ ਕੇ ਕੁਛ ਨਹੀਂ ਪੜ੍ਹਦਾ ਔਰ ਕਾਮ ਤੋ ਮਿਲ ਨਹੀਂ ਰਹਾ ਤੋ ਮੁਸ਼ਕਿਲ ਸੇ ਲਾਈਕ 6-8 ਘੰਟੇ ਕੀ ਕੋਈ ਸ਼ਿਫਟ ਹੋਤੀ ਹੈ ਉਤਨਾ ਹੀ ਇੱਕ ਦਿਨ ਕਾ ਯਾ ਜੇ ਤੁਹਾਨੂੰ ਲਾਈਫ ਦੇ ਵਿੱਚ ਚੋਇਸ ਮਿਲੇ ਤੁਸੀਂ ਕਿਵੇਂ ਦਾ ਪਾਰਟਨਰ ਪ੍ਰੈਫਰ ਕਰੋਗੇ ਕੈਨੇਡੀਅਨ ਬੋਰਨ ਜਾਂ ਫਿਰ ਆਪਣੀ ਕਮਿਊਨਿਟੀ ਦਾ ਐਂਡ ਕਿਉਂ ਇਹ ਤਾਂ ਕੋਈ ਸਪੈਸੀਫਿਕ ਤਾਂ ਹੈ ਨਹੀਂ ਇਹ ਤਾਂ ਅਸਲ 'ਚ ਇੱਕ ਸੋਚ ਮਿਲਣ ਦੀ ਗੱਲ ਆ ਵੀ ਜਿਹਦੇ ਨਾਲ ਮਿਲਦੀ ਆ ਜਿਹਦੇ ਨਾਲ ਵਾਈ ਮਿਲਦੀ ਹੈਗੀ ਆ ਜਿਹੜਾ ਸਪੋਰਟਿੰਗ ਹੈਗਾ ਹੁਣ ਜੇ ਮੈਂ ਕਿਸੇ ਨੂੰ ਸਪੋਰਟ ਕਰਦਾ ਅਗਲਾ ਮੈਨੂੰ ਪਸੰਦ ਕਰੂਗਾ ਜਾਂ ਮੈਨੂੰ ਕੀ ਕਰਦਾ ਉਹ ਮੈਨੂੰ ਪਸੰਦ ਆਊਗਾ ਇੱਕ ਸਪੋਰਟਿੰਗ ਪਾਰਟਨਰ ਹੁੰਦਾ ਹੈਗਾ ਜਿਹੜਾ ਆਪਾਂ ਨੂੰ ਹਰੇਕ ਪਾਸੋਂ ਸਪੋਰਟ ਕਰਦਾ ਫਾਈਨੈਂਸ਼ੀਅਲ ਵੀ ਹੋ ਸਕਦਾ ਹੈਗਾ ਇੱਥੇ ਕਿਉਂਕਿ ਕੈਨੇਡਾ ਇੱਥੇ ਇੱਕ ਬੰਦਾ ਤਾਂ ਕਮਾ ਕੇ ਸਾਰੇ ਪਰਿਵਾਰ ਨੂੰ ਖਵਾ ਨਹੀਂ ਸਕਦਾ ਇੱਥੇ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਹੈਗਾ ਆਪਾਂ ਨੂੰ ਇਮੋਸ਼ਨਲੀ ਵੀ ਸਟਰੋਂਗ ਕਰੇ ਤਾਂ ਵੀ ਹਰੇਕ ਪਾਸੋਂ ਆਪਣੇ ਵਿੱਚ ਸਪੋਰਟ ਚ ਰਹੇ ਹਮੇਸ਼ਾ ਆਪਣੇ ਨਾਲ ਰਹੇ ਕੈਨੇਡੀਅਨ ਬੋਰਨ ਚੂਜ਼ ਕਰਦੇ ਮੇ ਬੀ ਪੇਰੈਂਟਸ ਨਾ ਮੰਨਣ ਉਹਦੇ ਲਈ ਬਿਕੋਜ਼ ਬਹੁਤ ਡਿਫਰੈਂਸਿਸ ਹੁੰਦੇ ਆਪਣੇ ਕਲਚਰ ਉਹਨਾਂ ਦੇ ਕਲਚਰ ਉਹਨਾਂ ਦੇ ਬਿਲੀਫਸ ਦੇ ਵਿੱਚ ਤਾਂ ਬਹੁਤ ਸਾਰੇ ਡਿਫਰੈਂਸਿਸ ਹੋ ਜਾਂਦੇ ਆ ਜਿਹਦੇ ਕਰਕੇ ਆਪਾਂ ਮੈਚ ਨਹੀਂ ਕਰ ਸਕਦੇ ਇੱਕ ਦੂਜੇ ਨੂੰ ਸੋ ਆਈ ਵਿਲ ਪ੍ਰੈਫਰ ਮਾਈ ਓਨ ਕਮਿਊਨਿਟੀ ਮੈਨੂੰ ਕਮਿਊਨਿਟੀ ਦਾ ਮੈਟਰ ਨਹੀਂ ਕਰਦਾ ਬਸ
ਪਾਰਟਨਰ ਅੱਛਾ ਹੋਵੇ ਕਮਿਊਨਿਟੀ ਦਾ ਕਿਉਂਕਿ ਉਹ ਸਾਨੂੰ ਸਮਝ ਸਕਦਾ ਉਹਨੂੰ ਪਤਾ ਹੈ ਆਪਾਂ ਕਿੱਥੋਂ ਆਏ ਕਿੱਥੋਂ ਸਟਰਗਲ ਕੀਤੀ ਹੈ ਤੇ ਹਾਂਜੀ ਸਾਡਾ ਕਲਚਰ ਸੇਮ ਹੋਊਗਾ ਤਾਂ ਅੰਡਰਸਟੈਂਡਿੰਗ ਵੱਧ ਹੋਊਗੀ ਥੋੜਾ ਜਿਹਾ ਮੋਰਲ ਸਪੋਰਟ ਵੀ ਹੋ ਜਾਂਦਾ ਅਗਰ ਕਿਸ ਚੀਜ਼ ਦਾ ਲਾਈਕ ਸਟ੍ਰੈਸ ਵਗੈਰਾ ਹੋ ਜਾਵੇ ਹਾਂ ਸਮਝਦਾ ਵੀ ਆ ਸਿਚੁਏਸ਼ਨ ਹੈਗੀ ਹੈ ਜਾਂ ਆ ਸਕਦੀ ਹੈ ਹਾਂਜੀ ਫਿਰ ਉਹ ਚੀਜ਼ ਹੋ ਜਾਂਦੀ ਜੇ ਮਤਲਬ ਮੇਰੇ ਅਕੋਰਡਿੰਗ ਤਾਂ ਆਪ ਬੰਦੇ ਦੀ ਵਾਈਬ ਮੈਚ ਹੋਣੀ ਚਾਹੀਦੀ ਆ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਕਮਿਊਨਿਟੀ ਮੈਟਰ ਨਹੀਂ ਕਰਦੀ ਭਾਵੇਂ ਇੱਧਰ ਦਾ ਵੀ ਬੋਰਨ ਹੋਵੇ ਬਟ ਉਹ ਤੁਹਾਡੀਆਂ ਫੀਲਿੰਗਸ ਨੂੰ ਇਮੋਸ਼ਨਸ ਨੂੰ ਸਮਝੇ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਆਲ ਪ੍ਰੀਫਰ ਮੇਰੇ ਕਮਿਊਨਿਟੀ ਕਾ ਬਿਕਾਜ਼ ਅੰਡਰਸਟੈਂਡਿੰਗ ਹੋਗੀ ਐਂਡ ਸੇਮ ਕਮਿਊਨਿਟੀ ਸੇ ਮੈਚਿੰਗ ਹਮਾਰੇ ਥਾਟਸ ਹੋਣਗੇ ਔਰ ਇਟ ਵੁੱਡ ਬੀ ਈਜ਼ੀਅਰ ਸੋ ਫੇਵਰਿਟ ਪਲੇਸ ਇਨ ਕੈਨੇਡਾ ਜਿੱਥੇ ਤੁਸੀਂ ਜਾ ਚੁੱਕੇ ਜਾਂ ਫਿਰ ਜਾਣਾ ਚਾਹੁੰਦੇ ਹੋ ਅਜੇ ਤੱਕ ਤਾਂ ਐਡੀ ਕੋਈ ਫੇਵਰੇਟ ਹੋਈ ਨਹੀਂ ਨਾਇਗਰਾ ਗਈ ਸੀਗੀ ਹਾਂ ਚੀਜ਼ ਸੋਹਣੀ ਆ ਪਰ ਜਿੱਦਾਂ ਕਿ ਕੱਲ੍ਹ ਨਗਰ ਕੀਰਤਨ 'ਤੇ ਗਏ ਸੀਗੇ ਵੈਸੇ ਜਦੋਂ ਦੇ 4-5 ਮਹੀਨੇ ਹੋ ਗਏ ਕੈਨੇਡਾ ਆਏ ਨੂੰ ਅਜੇ ਤੱਕ ਉਹ ਮੋਸਟ ਸੈਟਿਸਫਾਈਂਗ ਲੱਗਿਆ ਵੀ ਹਾਂ ਨਗਰ ਕੀਰਤਨ 'ਤੇ ਕੱਲ੍ਹ ਜਾ ਕੇ ਆਏ ਤਾਂ ਉੱਥੇ ਬਹੁਤ ਵਧੀਆ ਲੱਗਿਆ ਕੱਲ੍ਹ ਮੈਨੂੰ ਗਲਫ ਵਧੀਆ ਲੱਗਿਆ ਬਸ ਉੱਥੇ ਕੀ ਵਧੀਆ ਲੱਗਿਆ ਮਤਲਬ ਕਿਉਂਕਿ ਉੱਥੇ ਮਤਲਬ ਆਪਾਂ ਕਹਿ ਦਈਏ ਨਾ ਇੱਧਰ ਜਿੰਨਾ ਬ੍ਰੈਂਪਟਨ ਜਿੰਨਾ ਭੀੜ ਭੜੱਕਾ ਨਹੀਂ ਹੈਗਾ ਉੱਥੇ ਮਤਲਬ ਖੁੱਲੇ ਖੁੱਲੀ ਜਿਹੀ ਜਗ੍ਹਾ ਆ ਆਪਾਂ ਕਹਿ ਦਈਏ ਮਤਲਬ ਖੁੱਲੇ ਖੁੱਲੇ ਘਰ ਹੈ ਤੇ ਉੱਤੋਂ ਮਤਲਬ ਆਪਾਂ ਕਹਿ ਦਈਏ ਰੋਡ ਦੇ ਉੱਤੇ ਉਰੇ ਤਾਂ ਜਨਤਾ ਹੀ ਬਹੁਤ ਤੁਰੀ ਫਿਰਦੀ ਆ ਉੱਥੇ ਤਾਂ ਹੈ ਹੀ ਨਹੀਂ ਗੀ ਮਤਲਬ ਉੱਥੇ ਕੋਈ ਕੋਈ ਹੈ ਮਤਲਬ ਆਪਾਂ ਕਹਿ ਦਈਏ ਮੈਨੂੰ ਬਹੁਤ ਵਧੀਆ ਲੱਗਿਆ ਫੇਵਰੇਟ ਪਲੇਸ ਮੇਰੀ ਹੈਗੀ ਐਡਮਿੰਟਨ ਮੈਂ ਉੱਥੇ ਵਿਜ਼ਿਟ ਕਰਨਾ ਚਾਹੁੰਦੀ ਹਾਂ ਬਿਕੋਜ਼ ਉੱਥੋਂ ਦਾ ਏਰੀਆ ਇੰਨਾ ਵਧੀਆ ਲੱਗਦਾ ਹੈ ਬੈਟਰ ਦੈਨ ਓਨਟੈਰੀਓ ਬਿਕੋਜ਼ ਇੱਥੇ ਤਾਂ ਬੜਾ ਕੁਛ ਹੈ ਉੱਦਾਂ ਦਾ ਤਾਂ ਉੱਥੋਂ ਦਾ ਵੈਦਰ ਵੀ ਬਹੁਤ ਵਧੀਆ ਹੈਗਾ ਤਾਂ ਕਰਕੇ ਮੈਂ ਉਹ ਦੇਖਣਾ ਚਾਹੁੰਦੀ ਹਾਂ ਅਤੇ ਮੂਵ ਕਰਨਾ ਚਾਹੁੰਦੀ ਹਾਂ ਉੱਥੇ ਸੋ ਮੇਰੀ ਫੇਵਰੇਟ ਡੈਸਟੀਨੇਸ਼ਨ ਹੈਗੀ ਆ ਬੈਲ ਫਾਊਂਟੇਨ ਉੱਥੇ ਯੂ ਫੀਲ ਲਾਈਕ ਕਿ ਤੁਸੀਂ ਹਿਮਾਚਲ ਚਲੇ ਗਏ ਆ ਇੰਨਾ ਉੱਥੇ ਪੀਸਫੁਲ ਏਰੀਆ ਇੰਨੇ ਸੋਹਣੇ ਘਰ ਆ ਸੋ ਉੱਥੇ ਮੈਨੂੰ ਜਾਣਾ ਵਧੀਆ ਲੱਗਦਾ ਹੈ ਫਿਲਹਾਲ ਮੈਂ ਤਾਂ ਨਿਊ ਹੀ ਆਈ ਇੱਥੇ ਮੈਂ ਤਾਂ ਕਿਤੇ ਘੁੰਮੀ ਵੀ ਨਹੀਂ ਇੰਨਾ ਤਾਂ ਮੈਂ ਮੌਂਟਰੀਅਲ ਗਈ ਸੀਗੀ ਉੱਥੇ ਮੇਰੇ ਦੀਦੀ ਆ ਤਾਂ ਉਹਨਾਂ ਕੋਲ ਘੁੰਮਣ ਵਾਸਤੇ ਗਈ ਸੀਗੀ ਤਾਂ ਉਹ ਤਾਂ ਮੈਨੂੰ ਕਾਫੀ ਵਧੀਆ ਲੱਗਿਆ ਉੱਥੋਂ ਦਾ ਐਕਸਪੀਰੀਅੰਸ ਤਾਂ ਮੇਰਾ ਬਹੁਤ ਵਧੀਆ ਸੀਗਾ ਤਾਂ ਮਤਲਬ ਕਾਫੀ ਅਜੇ ਟਾਈਮ ਹੈਗਾ ਆਪਣੇ ਕੋਲ ਫਿਰ ਵਿਦ ਦਾ ਪੈਸਿਜ਼ ਆਫ ਟਾਈਮ ਆਪਾਂ ਹੋਰ ਵੀ ਪਲੇਸਿਸ ਨੂੰ ਵਿਜ਼ਿਟ ਕਰਾਂਗੇ ਫਿਰ ਐਕਸਪੀਰੀਅੰਸ ਸ਼ੇਅਰ ਕਰਾਂਗੇ ਮੈਂ ਅਭੀ ਤੱਕ ਲਾਈਕ ਓਨਟਾਰੀਓ ਮੈਂ ਘੁੰਮਾ ਐਂਡ ਇਤਨਾ ਕੁਛ ਖਾਸ ਨਹੀਂ ਹੈ ਟੋਰਾਂਟੋ ਇਜ਼ ਨਾਈਸ ਉਸਕੇ ਇਲਾਵਾ ਮੇਰੇ ਕੋ ਸੁਣਨੇ ਮੈਂ ਆਇਆ ਕਿ ਬ੍ਰਿਟਿਸ਼ ਕੋਲੰਬੀਆ ਸੁੰਦਰ ਹੈ ਔਰ ਇੱਕ ਦੋ ਲਾਈਕ ਜ਼ਿਆਦਾ ਕੁਛ ਤਾਂ ਨਹੀਂ ਘੁੰਮਣੇ ਗਏ ਯਹਾਂ ਪੇ ਤਾਂ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਜਾਣਾ ਚਾਹੂੰਗਾ ਮੈਂ ਔਰ ਬਾਂਫ ਜਾਣਾ ਚਾਹੂੰਗਾ ਯਾ ਜੇ ਤੁਸੀਂ ਕੈਨੇਡਾ ਛੱਡ ਕੇ ਕਿਤੇ ਵੀ ਮੂਵ ਆਊਟ ਕਰਨਾ ਚਾਹੋ ਤਾਂ ਕਿਹੜੀ ਕੰਟਰੀ ਹੋਗੀ ਅਮਰੀਕਾ ਆਸਟ੍ਰੇਲੀਆ ਜਾਂ ਕੋਈ ਹੋਰ ਬਸ ਮੇਨ ਫਸਟ ਐਂਡ ਫੋਰਮੋਸਟ ਤਾਂ ਹੀ ਆਪਣਾ ਪੰਜਾਬ ਹੀ ਹੈਗਾ ਪਰ ਜੇ ਹਾਂ ਕੈਨੇਡਾ ਤੋਂ ਆਪਾਂ ਦੇਖੀਏ ਵੀ ਜੇ ਹੋਰ ਕਿਸੇ ਪਾਸੇ ਪੰਜਾਬ ਨੂੰ ਵੀ ਛੱਡ ਕੇ ਜਾਂ ਤਾਂ ਆਪਾਂ ਯੂਐਸਏ ਲਈ ਪ੍ਰੈਫਰ ਕਰਾਂਗੇ ਵੀ ਯੂਐਸਏ ਚਲੋ ਵਧੀਆ ਸੋਹਣਾ ਮੁਲਕ ਹੈਗਾ ਤਾਂ ਕਰਕੇ ਯੂਐਸਏ ਆਪਣਾ ਵਧੀਆ ਰਹੂਗਾ ਕੈਨੇਡਾ ਛੱਡਣਾ ਹੀ ਕਿਉਂ ਛੱਡਣਾ ਹੀ ਕਿਉਂ ਨਹੀਂ ਮਤਲਬ ਮੰਨਦੇ ਆ ਕਿ ਉਰੇ ਬ੍ਰੈਂਪਟਨ 'ਚ ਬਹੁਤ ਭੀੜ ਆ ਸਿਟੀ 'ਚ ਬਹੁਤ ਭੀੜ ਆ ਬਾਕੀ ਜਗ੍ਹਾ ਵੀ ਹੈਗੀਆਂ ਨੇ ਵਧੀਆ ਵਧੀਆ ਉੱਥੇ ਮੂਵ ਹੋ ਜੇ ਬੰਦਾ ਲਾਈਕ ਮੇ ਬੀ ਨਿਊਜ਼ੀਲੈਂਡ ਹੋ ਸਕਦਾ ਬਿਕੋਜ਼ ਉੱਥੇ ਉੱਥੇ ਇੱਦਾਂ ਦੀਆਂ ਫੈਸਿਲਿਟੀਜ਼ ਹੈਗੀਆਂ ਜਿਹੜੀਆਂ ਆਪਣੀ ਲਾਈਫ ਨੂੰ ਮੋਰ ਈਜ਼ੀ ਕਰ ਸਕਦੀਆਂ ਬਿਕੋਜ਼ ਹੁਣ ਲਾਈਕ ਜਦੋਂ ਕੈਨੇਡਾ 'ਚ ਬਹੁਤ ਰਸ਼ ਹੋ ਰਿਹਾ ਹੈਗਾ ਤਾਂ ਇੱਥੋਂ ਦੀ ਗਵਰਨਮੈਂਟ ਮੈਨੂੰ ਨਹੀਂ ਲੱਗਦਾ ਛੇਤੀ ਕੀਤੇ ਆਪਾਂ ਨੂੰ ਸੈਟਲ ਕਰੂਗੀ ਐਂਡ ਕਿ PR ਵੀ ਆਪਾਂ ਨੂੰ ਛੇਤੀ ਇੱਥੇ ਮਿਲ ਸਕਦੀ ਆ ਸੋ ਉਹਦੇ ਕਾਰਨ ਮੈਂ ਸੋਚ ਰਹੀ ਹਾਂ ਕਿ ਨਿਊਜ਼ੀਲੈਂਡ ਬੈਟਰ ਆਪਸ਼ਨ ਰਹੂਗਾ ਦੈਨ ਸੈਟਲਿੰਗ ਇਨ ਕੈਨੇਡਾ ਹੁਣ ਜਿੱਦਾਂ ਦੀ ਸਿਚੁਏਸ਼ਨਸ ਦੇਖ ਰਹੇ ਹਾਂ ਮੈਂ ਇੰਡੀਆ ਜਾਣਾ ਚਾਹੂੰਗੀ ਕਿਉਂਕਿ ਜੋ ਉੱਥੇ ਦਾ ਮਾਹੌਲ ਆ ਆਪਣੀ ਫੈਮਿਲੀ ਆ ਕੋਲ ਐਂਡ ਤੇ ਆਪਣੀ ਫੈਮਿਲੀ ਸਭ ਤੋਂ ਜ਼ਿਆਦਾ ਮੈਟਰ ਕਰਦੀ ਆ ਤੇ ਉਹ ਚੀਜ਼ ਇੱਥੇ ਬੜੀ ਮਿਸ ਕਰਦੇ ਆ ਸੋ ਮੇ ਬੀ ਆਈ ਵਿਲ ਗੋ ਟੂ ਇੰਡੀਆ ਅਮੈਰੀਕਾ ਓਕੇ ਆਸਟ੍ਰੇਲੀਆ ਅਮੈਰੀਕਾ ਕੋਈ ਰੀਜ਼ਨ ਮੇਰੇ ਤਾਂ ਲਾਈਕ ਰਿਲੇਟਿਵਸ ਵੀ ਅਮੈਰੀਕਾ ਹੈਗੇ ਆ ਤਾਂ ਫਿਰ ਅਗਰ ਮੈਨੂੰ ਜ਼ਿਆਦਾ ਪ੍ਰੋਬਲਮ ਇੱਥੇ ਤਾਂ ਐਟਲੀਸਟ ਮੇਰੇ ਕੋਲ ਇੱਕ ਸੇਫ ਪਲੇਸ ਹੈਗੀ ਆ ਵੀ ਜਿੱਥੇ ਮੈਂ ਜਾ ਕੇ ਉਹਨਾਂ ਨਾਲ ਡਿਪੈਂਡ ਹੋ ਸਕਦੀ ਹਾਂ ਹਾਂਜੀ ਓਕੇ ਆਈ ਥਿੰਕ ਅਮੈਰੀਕਾ ਬੈਟਰ ਹੈ ਕੈਨੇਡਾ ਨਾਲੋਂ ਮਤਲਬ ਉੱਥੇ ਦਾ ਇਨਵਾਇਰਮੈਂਟ ਐਂਡ ਮੇ ਬੀ ਓਕੇ ਤੁਸੀਂ ਆਸਟ੍ਰੇਲੀਆ ਕਿਉਂ ਜਾਣਾ ਚਾਹੁੰਦੇ ਹੋ ਮੇਰੇ ਸਾਨੂੰ ਉੱਥੇ ਵੈਦਰ ਹੋਇਆ ਜ਼ਿਆਦਾ ਵਧੀਆ ਇੱਥੇ ਨਾਲੋਂ ਅਤੇ ਕੁਛ ਪੇ ਰੇਟ ਵੀ ਹੈਗਾ ਹੈ ਅਤੇ ਕੰਮ ਵੀ ਹੈਗਾ ਹੈ ਜੋ ਕਿ ਆਪਣਾ ਫਿਲਹਾਲ ਮੇਨ ਮੋਟਿਵ ਉਹੀ ਹੈ ਓਕੇ ਆਪਾਂ ਆਪਣਾ ਫਿਊਚਰ ਸੈੱਟ ਕਰਨਾ ਹੈ ਨਾ ਆਪਾਂ ਕਿਉਂਕਿ ਜੇ ਤਾਂ ਆਪਾਂ ਆਪਣਾ ਫਿਊਚਰ ਵੇਖਦੇ ਹਾਂ ਫਿਰ ਤਾਂ ਆਪਾਂ ਨੂੰ ਇੱਥੇ ਰਹਿ ਕੇ ਜਾਂ ਕਿਤੇ ਹੋਰ ਵੀ ਕੰਟਰੀ 'ਚ ਕਿਤੇ ਵੀ ਕੰਟਰੀਆਂ ਤਾਂ ਸਾਰੀਆਂ ਸੇਮ ਹੀ ਨੇ ਹੈ ਨਾ ਇਹ ਉਹ ਨਹੀਂ ਕਰਦਾ ਮੈਟਰ ਨਹੀਂ ਕਰਦਾ ਤਾਂ ਮਤਲਬ ਕਿ ਜੇ ਮੈਂ ਕਹਾਂ ਕਿ ਮੈਂ ਜੇ ਮੂਵ ਕਰਨਾ ਹੋਏ ਤਾਂ ਮੈਂ USA ਪ੍ਰੈਫਰ ਕਰੂੰਗੀ ਤਾਂ ਉਹ ਵੀ ਇੱਕ ਮਤਲਬ ਵਧੀਆ ਕੰਟਰੀ ਆ ਇੱਕ ਇਹ ਆ ਕਿ ਇੱਥੋਂ ਥੋੜ੍ਹਾ ਕੈਨੇਡਾ ਤੋਂ ਉੱਧਰ ਮੂਵ ਕਰਨਾ ਈਜ਼ੀ ਲੱਗਦਾ ਆ ਤਾਂ ਫਿਰ ਇਸ ਕਰਕੇ ਮੈਂ ਉੱਧਰ ਮੂਵ ਕਰੂੰਗੀ ਤਾਂ ਬਾਕੀ ਲਾਸਟ ਆਪਸ਼ਨ ਤਾਂ ਮਤਲਬ ਇਹ ਹੈ ਕਿ ਹਰ ਸਾਲ ਆਪਾਂ ਆਪਣੇ ਬੈਕ ਹੋਮ ਕੰਟਰੀ ਤਾਂ ਜਾਇਆ ਕਰਾਂਗੇ ਉਹ ਤਾਂ ਕਦੀ ਛੱਡ ਨਹੀਂ ਸਕਦੇ ਆਈ ਥਿੰਕ ਇਟ ਵੁੱਡ ਬੀ UK ਜਾਂ ਯੂਰਪ ਬਿਕੋਜ਼ ਆਈ ਥਿੰਕ ਦੇ ਆਰ ਬਿਊਟੀਫੁਲ ਯਾ ਸੁੰਦਰ ਸੁੰਦਰ ਜਗ੍ਹਾ ਵਾ ਓਕੇ ਸੋ ਅੱਜ ਤੋਂ 10 ਸਾਲ ਬਾਅਦ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਦਾ ਫਿਊਚਰ ਕਿਵੇਂ ਦਾ ਦੇਖਦੇ ਹੋ
ਫਿਊਚਰ ਹੈ ਚਲੋ ਜੇ ਹੁਣ ਕੁਛ ਕਰਨਾ ਮਿਹਨਤ ਤਾਂ ਕਰਨੀ ਪੈਣੀ ਹੈਗੀ ਪਰ ਅੱਜ ਤੋਂ 10 ਸਾਲ ਬਾਅਦ ਜੇ ਦੇਖੀਏ ਤਾਂ ਆਪਦੇ ਆਪ ਨੂੰ ਪੰਜਾਬ ਵੀ ਦੇਖ ਲੈਂਗੇ ਕੈਨੇਡਾ 'ਚ ਤਾਂ ਨਹੀਂ ਆਪਾਂ ਨੂੰ ਇੱਦਾਂ ਹੈਗਾ ਵੀ ਹਾਂ ਇੱਥੇ ਕੰਮ ਕਰੋ ਮੈਂ ਵੀ ਐਂ ਕਹੂੰਗਾ ਵੀ ਬੰਦੇ ਆਉਂਦੇ ਇੱਥੇ ਚਲੋ ਵਧੀਆ ਕੰਟਰੀ ਹੈਗੀ ਹੈ ਨਾ ਵੀ ਵਧੀਆ ਕਮਾਈ ਦਿੰਦੀ ਆ ਕਰੀਅਰ ਬਣਾ ਦਿੰਦੀ ਆ ਵੀ ਇੱਥੇ ਮਿਹਨਤ ਕਰੋ ਕਮਾਈ ਕਰੋ ਉੱਪਰ ਜਾ ਕੇ ਆਪਦਾ ਰਹੋ ਪੰਜਾਬ ਜਾਂ ਜਿਹੜੀ ਆਪਦੀ ਹੋਮ ਕੰਟਰੀ ਹੈਗੀ ਵੀ ਉੱਥੇ ਨਾ ਛੱਡ ਕੇ ਆਓ ਵੀ ਜਾਣਾ ਪੰਜਾਬ ਹੀ ਚਾਹੀਦਾ ਮੈਂ ਆਪਦੇ ਆਪ ਨੂੰ ਪਰਸਨਲੀ ਕਹਾਂ ਮੈਂ ਤਾਂ ਪੰਜਾਬ 'ਚ ਹੀ ਦੇਖਣਾ ਆਪਦੇ ਆਪ ਨੂੰ 10 ਸਾਲ ਬਾਅਦ ਮੇਰਾ ਤਾਂ ਫਿਲਹਾਲ ਇਹੀ ਹੈ ਕਿ ਹਾਂ ਕਿ ਮਤਲਬ ਕਿਹੜਾ ਇੱਧਰੋਂ ਸਟੱਡੀ ਕੰਪਲੀਟ ਹੋ ਜੇ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕਿ ਪੀਆਰ ਤੋਂ ਬਾਅਦ ਅੱਗੇ ਫਰਦਰ ਸਟੱਡੀ ਕੀਤੀ ਜਾ ਸਕਦੀ ਆ ਓਕੇ ਕਿਉਂਕਿ ਮੇਰਾ ਜ਼ਿਆਦਾ ਅਗਰ ਮੈਂ ਦੇਖਾਂ ਕਿਉਂਕਿ ਉਰੇ ਦਿਹਾੜੀਆਂ ਤਾਂ ਲਾਈਆਂ ਨਹੀਂ ਹੁੰਦੀਆਂ ਸਾਰੀ ਉਮਰ ਬੈਠ ਕੇ ਹੈ ਨਾ ਅਗਰ ਆਪਾਂ ਦੇਖੀਏ ਤਾਂ ਆਈ ਥਿੰਕ ਸੋ ਸਟੱਡੀ ਹੀ ਆ ਜਿਹਦੇ ਨਾਲ ਕੁਛ ਬੰਦਾ ਬੈਟਰ ਆਈ ਥਿੰਕ ਕਮਾ ਸਕਦਾ ਆ ਅਤੇ ਇੱਕ ਆਪਾਂ ਕਹਿ ਦਈਏ ਰਿਸਪੈਕਟਫੁਲ ਜੋਬ ਵੀ ਆ ਉਹ ਕਿਉਂਕਿ ਬਾਕੀ ਜੋਬਸ ਦੇ ਵਿੱਚ ਤੁਹਾਨੂੰ ਇੰਨੀ ਰਿਸਪੈਕਟ ਦਿੱਤੀ ਨਹੀਂ ਜਾਂਦੀ ਹੈਗੀ ਜਿੰਨੀ ਆਪਾਂ ਸਟੱਡੀ ਦੇ ਥਰੂ ਜਿਹੜੀ ਜੋਬ ਆਪਾਂ ਨੂੰ ਮਿਲਦੀ ਆ ਉਹਦੇ ਵਿੱਚ ਮਿਲਦੀ ਆ ਜਿੱਦਾਂ ਕਿ ਹੁਣ ਮੈਂ ਇੱਥੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਡਿਪਲੋਮਾ ਕਰ ਰਹੀ ਹਾਂ ਇੰਨੀ ਦੂਰ ਆਈ ਹਾਂ ਸੋ ਮੈਂ ਆਪਣੇ ਆਪ ਨੂੰ ਇਨ 10 ਈਅਰਸ ਰਜਿਸਟਰਡ ਅਰਲੀ ਚਾਈਲਡਹੁੱਡ ਐਜੂਕੇਟਰ ਦੇਖਣਾ ਚਾਹੁੰਦੀ ਹਾਂ ਅਤੇ ਮੇ ਬੀ ਜੇ ਮਤਲਬ ਵਧੀਆ ਰਿਹਾ ਤਾਂ ਆਈ ਵਿਲ ਓਪਨ ਮਾਈ ਓਨ ਟੇਕ ਕੇਅਰ ਹੇਅਰ ਫਿਲਹਾਲ ਤਾਂ ਮੈਂ ਵੀ ਇੰਡੀਆ ਹੀ ਦੇਖਦੇ ਹਾਂ ਬਾਕੀ ਜੇ ਵਧੀਆ ਸੈੱਟ ਹੋ ਗਏ ਤਾਂ ਆਫਕੋਰਸ ਇੱਥੇ ਰਹਾਂਗੇ ਮੀਨਸ ਤੁਸੀਂ ਸੈਟਲਮੈਂਟ 'ਚ ਕਿੱਦਾਂ ਦੇਖਦੇ ਹੋ ਕਰੀਅਰ ਕੀ ਦੇਖਦੇ ਹੋ 10 ਸਾਲ ਬਾਅਦ ਜੇ ਤਾਂ ਆਪਣੇ ਕੋਰਸ ਵਿੱਚ ਵਧੀਆ ਨਿਕਲ ਜੇ ਤਾਂ ਵਧੀਆ ਹੈ ਅਕੋਰਡਿੰਗ ਟੂ ਆਰ ਕੋਰਸ ਅਗਰ ਇੰਪਲਾਈ ਮਤਲਬ ਮਿਲਦੀ ਆ ਜੋਬ ਡੈਫੀਨੇਟਲੀ ਤਾਂ ਵਧੀਆ ਹੋਊਗਾ ਫਿਊਚਰ ਬ੍ਰਾਈਟ ਹੋਊਗਾ ਅਦਰਵਾਈਜ਼ ਲਾਈਕ ਜੇ ਜਰਨਲ ਲੇਬਰ ਆ ਪਹਿਲੇ ਜੋ ਸੋਚ ਕੇ ਆਇਆ ਕਿ ਮੈਂ ਜੋਬ ਕਰੂੰਗਾ ਯਹਾਂ ਪੇ ਔਰ ਜੋਬ ਸੇ ਲਾਈਫ ਬਣਾ ਸਕਤਾ ਹੂੰ ਅਬ ਵੋ ਚੇਂਜ ਹੋ ਗਿਆ ਅਬ ਮੇਰਾ ਗੋਲ ਯੇ ਹੈ ਕਿ ਮੈਂ ਇੱਕ ਸਾਈਡ ਮੇਂ ਬਿਜ਼ਨਸ ਸਟਾਰਟ ਕਰੂੰ ਜੋ ਜੋਬ ਕਰ ਰਹਾ ਹੂੰ ਉਸਕੇ ਸਾਈਡ ਮੇਂ ਐਂਡ ਉਸ ਬਿਜ਼ਨਸ ਕੋ ਹੀ ਆਗੇ ਬੜਾਊਂ ਅਚੀਵੇਬਲ ਹੈ ਕੈਨੇਡਾ ਕੇ ਅੰਦਰ